ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕੀ ਸਹਿਬ ਸ੍ਰੀ ਗੁਰੂ ਪੰਜਵੇਂ ਪਾਸਾ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਪਾਸਾ ਜੀ ਦਾ ਸਿੱਧੀ ਦਿਹਾੜਾ ਮਨਾਇਆ ਗਿਆ ਵਾਹ ਅਬ ਪੂਰੇ ਇਲਾਕੇ ਦੇ ਵਿੱਚ ਠੰਡੇ سپੀਲਾਂ ਦੇ ਜਲ ਲਗਾਇਆ ਜਾਂਦੇ ਆ ਲੰਗਰ ਲਗਾਇਆ ਜਾਂਦੇ ਆ ਉਸ ਬੰਦ ਵਿੱਚ ਕੀ ਕਿਣਾ ਜਾਂਦੇ ਆ ਅਸੀਂ ਕੱਲ ਜੀ ਗੁਰੂ ਕੀ ਵਡਾਲੀ ਗੁਰਦੁਆਰਾ ਬਾਬੇ ਸ਼ੀ ਸਿੰਘ ਜਹਾਂ ਪਰਿਮਾਨ ਨੂੰ ਪਹਿਰਾ ਪਹਿਰਾ ਸਾਹਿਬ ਵੀ ਕਹਿ ਦਿੰਦੇ ਨੇ ਉਹਦੇ ਵਿੱਚ ਕੱਲ ਟਾਡੀ ਰਾਗੀ ਲੱਗੇ ਹੋਏ ਸੀ ਲੰਗਰ ਲੱਗੇ ਸੀ ਸ਼ਬੀਲਾਂ ਲਗੀਆਂ ਹੋਈਆਂ ਸੀ ਬਹੁਤ ਅਸੀਂ ਉੱਚ ਪੱਤ ਦੇ ਨਾਲ ਮੇਲਾ ਮਨਾਇਆ ਹੈ ਸ਼ਰਧਾ ਦੇ ਭਾਵ ਨਾਲ ਮੇਲਾ ਮਨਾਇਆ ਬਾਬੇ ਸ਼ਹੀਦ ਸਿੰਘ ਗੁਰੂ ਕੀ ਵਡਾਲੀ ਜੀ ਤੁਸੀਂ ਅੱਜ ਦੀ ਪੀੜ੍ਹੀ ਅਤੇ ਨੌਜਵਾਨ ਅਤੇ ਬੱਚਿਆਂ ਨੂੰ ਲੈ ਕੇ ਮਾਤਾ ਪਿਤਾ ਨੂੰ ਅਤੇ ਪੰਜਾਬ ਵਾਸੀਆਂ ਨੂੰ ਕੀ ਸਨੇਹ ਦਿਲਾ ਚਾਹਦੇ ਹੋ ਮੈਂ ਬੱਚਿਆਂ ਨੂੰ ਇਹੋ ਹੀ ਸੁਝਾਅ ਦਵਾਂਗੇ ਭਾਈ ਦਾਦੀ ਦੇ ਲਾਗੇ ਵਿਆਹ ਕਰੋ ਮਾਪਿਓ ਦੇ ਲਾਗੇ ਜੋ ਸੁਝਾਅ ਹੁੰਦੇ ਆ ਜੋ ਮਾਪਿਓ ਨੇ ਤੁਹਾਨੂੰ ਸਿੱਖਿਆ ਦੇਣੀ ਹੁੰਦੀ ਆ ਉਹ ਕਿਸੇ ਮਾਸਟਰ ਨੇ ਨਹੀਂ ਨਾ ਕਿਸੇ ਵਿਦਵਾਨ ਨੇ ਦੇਣੀ ਹੁੰਦੀ ਆ ਜੋ ਤੁਹਾਡੀ ਮਾਪਿਓ ਜਾਂ ਬਾਪ ਨੇ ਜੋ ਤੁਹਾਨੂੰ ਸਿੱਖਿਆ ਦੇਣੀਆਂ ਉਹੋ ਹੀ ਅੜ ਸ਼ੁਰੂ ਤੋਂ ਲੈ ਕੇ ਅੜ ਤੱਕ ਉਹ ਤੁਹਾਡੇ ਕੰਮ ਆਉਂਦੀ ਆ ਉਹਨਾਂ ਦੇ ਆਖੇ ਲਾਗੇ ਕਰੋ ਉਹਨਾਂ ਦੇ ਕਹਨੇ ਵਿੱਚ ਰਿਹਾ ਕਰੋ ਉਹਨਾਂ ਦੇ ਆਗਿਆਕਾਰ ਬਣੋ ਮੈਂ ਬੱਚਿਆਂ ਨੂੰ ਇਹੋ ਸੁਝਾਅ ਦੇਣਾ ਹੈ ਨਸ਼ਿਆਂ ਤੋਂ ਬਚੋ ਜਿਹੜਾ ਵੀ ਤੁਹਾਨੂੰ ਨਸ਼ਿਆਂ ਦੀ ਹੋਈ ਗੱਲ ਕਰਦਾ ਉਸ ਤੋਂ ਦੂਰ ਭੱਜੋ ਆਪਣੇ ਦਿਮਾਗ ਆਪ ਕੰਮ ਕਰੋ ਭਾਜੀ ਇੱਕ ਮੈਂ ਮਾਪਿਆਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਆ ਕਿ ਕੰਮ ਘੱਟ ਕਰ ਲੋ ਜਾਇਦਾਦ ਘੱਟ ਬਣਾ ਲਓ ਆਪਣੇ ਕੇਵਲ ਬੱਚਿਆਂ 'ਤੇ ਧਿਆਨ ਦਿਓ ਕਿਉਂਕਿ ਤੁਹਾਡੀ ਜਾਇਦਾਦ ਕਿਸੇ ਕੰਮ ਨਹੀਂ ਜੇ ਸਾਡਾ ਬੱਚਾ ਨਸ਼ਿਆਂ ਤੇ ਲੱਗ ਗਿਆ ਤੁਹਾਡੇ ਧਰ ਕੋ 20 ਕਿੱਲੇ ਆ ਭਾਂ ਤੁਹਾਡੇ ਕੋ 50 ਕਿੱਲੇ ਆ ਭਾਂ ਤੁਹਾਡੇ ਕੋ ਕਿੰਨਾ ਕਾਰੋਬਾਰ ਆ ਜੇ ਨਸ਼ਾ ਆਪਣਾ ਬੱਚਾ ਸਾਡਾ ਵਿਗੜ ਗਿਆ ਤੇ ਕਿਸੇ ਕੰਮ ਨਹੀਂ ਜੇ ਆਪਣੇ ਬੱਚਿਆਂ 'ਤੇ ਖਾਸ ਧਿਆਨ ਦਿਓ